ਸਤਿ ਸ਼੍ਰੀ ਅਕਾਲ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੇ ਦਰਸ਼ਕੋ, ਬਹੁਤ ਹੀ ਦੁਖੀ ਹਿਰਦੇ ਦੇ ਨਾਲ ਅਸੀਂ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਗੁਰਦੁਆਰਾ ਕੋਟਲੀ ਸ਼ਾਹ ਦੌਲਾ ਦੇ ਜਿਹੜੇ ਹੈੱਡ ਗ੍ਰੰਥੀ ਨੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਕੋਰੋਨਾ ਪੋਜ਼ਿਟਿਵ ਹੋਣ ਤੇ ਸਾਨੂੰ ਸਾਰਿਆਂ ਨੂੰ ਹੀ ਸਦੀਵੀ ਵਿਛੋੜਾ ਦੇ ਗਏ ਨੇ। ਕੋਰੋਨਾ ਦੇ ਕਾਰਨ 10 ਦਿਨ ਪਹਿਲਾਂ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਸੀ ਔਰ ਕੋਰੋਨਾ ਦੇ ਕਾਰਨ ਉਹਨਾਂ ਦੀ ਜਿਹੜੀ ਕੱਲ ਹੈ ਉਹ ਸਾਨੂੰ ਅੰਤਿਮ ਵਿਛੋੜਾ ਦੇ ਕੇ ਚਲੇ ਗਏ ਨੇ, ਅਕਾਲ ਚਲਾਣਾ ਕਰ ਗਏ ਨੇ। ਗੁਰਦੁਆਰਾ ਕੋਟਲੀ ਸ਼ਾਹ ਦੌਲਾ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ, ਬਹੁਤ ਹੀ ਅਫਸੋਸ ਵਾਲੀ ਗੱਲ ਹੈ ਸਾਡੀ ਕੌਮ ਨੂੰ, ਸਾਨੂੰ ਸਾਰਿਆਂ ਨੂੰ ਹੀ ਇਸ ਕੋਰੋਨਾ ਮਹਾਮਾਰੀ ਦੇ ਵਿਚਕਾਰ ਆਪਣਿਆਂ ਦੇ ਜਾਣ ਦੇ ਨਾਲ ਔਰ ਸਾਡੇ ਜਿਹੜੇ ਕੌਮ ਦੇ ਵਿੱਚ ਸਾਡੇ ਸਿੱਖ ਸਮਾਜ ਦੇ ਅੰਦਰ ਸੇਵਾਵਾਂ ਦੇ ਰਹੇ ਨੇ ਉਹ ਸਾਨੂੰ ਛੱਡ ਕੇ ਜਾ ਰਹੇ ਨੇ। ਵੈਸੇ ਤਾਂ ਪਰਮਾਤਮਾ ਦਾ ਭਾਣਾ ਮੰਨ ਕੇ ਅਸੀਂ ਸਾਨੂੰ ਸਿਖਾਇਆ ਗਿਆ ਕਿ ਅਸੀਂ ਇਸਨੂੰ ਭਾਣਾ ਸਮਝ ਕੇ ਮੰਨ ਕੇ ਚੱਲਦੇ ਹਾਂ, ਲੇਕਿਨ ਕਿਤੇ ਨਾ ਕਿਤੇ ਇਸ ਕੋਰੋਨਾ ਮਹਾਮਾਰੀ ਦੇ ਵਿਚਕਾਰ ਸਾਨੂੰ ਬਹੁਤ ਘਾਟਾ ਪੈ ਰਿਹਾ ਔਰ ਇਹ ਘਾਟਾ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਹੈ, ਕਿਉਂਕਿ ਇਹੋ ਜਿਹੇ ਜਿਹੜੇ ਭਾਈ ਸਾਹਿਬ ਹੁੰਦੇ ਨੇ ਜਾਂ ਸਾਡੇ ਸਿੱਖ ਸਮਾਜ ਦੇ ਅੰਦਰ ਸਾਡੇ ਵੀਰ ਜਿਹੜੇ ਸੇਵਾਵਾਂ ਦੇ ਰਹੇ ਨੇ ਗੁਰੂ ਘਰਾਂ ਦੇ ਅੰਦਰ ਜਾਂ ਆਪਣੀਆਂ ਕਥਾ ਦੇ ਰਾਹੀਂ ਕੀਰਤਨ ਦੇ ਰਾਹੀਂ, ਜਿੱਦਾਂ ਅਸੀਂ ਪਿਛਲੇ ਦਿਨੀ ਦੇਖਿਆ ਕਿ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਜਿਹੜੇ ਇੰਨੇ ਵਧੀਆ ਕੀਰਤਨ ਕਰਨ ਵਾਲੇ, ਕੀਰਤਨ ਉਹਨਾਂ ਦਾ ਅਸੀਂ ਸਰਵਣ ਕਰਦੇ ਸੀ, ਉਹ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਕਿਤੇ ਨਾ ਕਿਤੇ ਸਾਡੇ ਲਈ ਘਾਟਾ, ਇਹ ਸਾਡੀ ਕੌਮ ਦੇ ਲਈ ਘਾਟਾ, ਜਿਹਨਾਂ ਤੋਂ ਅਸੀਂ ਕੁੱਝ ਸਿੱਖ ਕੇ ਚੱਲਣਾ, ਜਿਹਨਾਂ ਤੋਂ ਅਸੀਂ ਕੁੱਝ ਸੇਧ ਲੈਣੀ ਆ, ਉਹ ਜਿਹੜੇ ਲੋਕ ਨੇ ਉਹ ਜਿਹੜੇ ਸਾਡੇ ਸਿੱਖ ਸਮਾਜ ਦੇ ਅੰਦਰ ਸੇਵਾਵਾਂ ਨਿਭਾਉਣ ਵਾਲੇ ਸਾਨੂੰ ਛੱਡ ਕੇ ਜਾ ਰਹੇ ਨੇ, ਸਾਡੇ ਲਈ ਬਹੁਤ ਵੱਡਾ ਘਾਟਾ ਇਹ ਔਰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਸੀਂ ਤੁਹਾਨੂੰ ਤਸਵੀਰਾਂ ਦੱਸ ਦਿੰਦੇ ਹਾਂ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ ਦੀਆਂ, ਜਿਹੜੇ ਕਿ ਗੁਰਦੁਆਰਾ ਕੋਟਲੀ ਸ਼ਾਹ ਦੌਲਾ ਦੇ ਅੰਦਰ ਹੈੱਡ ਗ੍ਰੰਥੀ ਦੇ ਬਤੌਰ ਹੈੱਡ ਗ੍ਰੰਥੀ ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ। ਕੋਰੋਨਾ ਪੋਜ਼ਿਟਿਵ ਪਾਏ ਜਾਣ ਤੇ ਉਹਨਾਂ ਉਹ ਜਿਹੜੇ ਅਕਾਲ ਚਲਾਣਾ ਕਰ ਗਏ ਨੇ ਔਰ ਸਾਨੂੰ ਸਦੀਵੀ ਵਿਛੋੜਾ ਦੇ ਕੇ ਗਏ ਨੇ। ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਸਾਨੂੰ ਪਿਆ ਹੈ। ਔਰ ਇੱਥੇ ਸਾਰਿਆਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਕੀਰ ਪਿੰਡ ਤੋਂ ਵੀ ਭਾਈ ਮੋਹਿੰਦਰ ਸਿੰਘ ਜੀ ਦਾ ਸਦੀਵੀ ਵਿਛੋੜਾ ਬਹੁਤ ਹੀ ਦੁਖਦਾਈ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੀਆਂ ਨਗਰ ਕੀਰ ਪਿੰਡ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਵਿਖੇ ਨਿਭਾਈਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ ਜੀ। ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਵਿਖੇ ਉਹ ਆਪਣੀਆਂ ਸੇਵਾਵਾਂ ਨਿਭਾਈਆਂ ਉਹਨਾਂ ਨੇ ਉੱਥੇ ਵੀ ਤੇ ਔਰ ਭਾਈ ਮੋਹਿੰਦਰ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਕੋਟਲੀ ਸ਼ਾਹ ਦੌਲਾ ਦੇ ਵਿੱਚ ਹੈ ਬਤੌਰ ਹੈੱਡ ਗ੍ਰੰਥੀ ਆਪਣੀਆਂ ਸੇਵਾਵਾਂ ਦੇ ਰਹੇ ਸਨ। ਕੋਰੋਨਾ ਪੋਜ਼ਿਟਿਵ ਪਾਏ ਜਾਣ ਤੇ ਉਹਨਾਂ ਦੀ ਕੱਲ ਯਾਨੀ ਕਿ 13 ਤਰੀਕ ਨੂੰ ਅਕਾਲ ਚਲਾਣਾ ਕਰ ਗਏ ਉਹ। ਕਿਤੇ ਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਸਾਡੇ ਸਮਾਜ ਨੂੰ ਪੈ ਰਿਹਾ ਔਰ ਵਾਰ ਵਾਰ ਇਹ ਕਿਹਾ ਜਾ ਰਿਹਾ ਕਿ ਸਾਨੂੰ ਕਿਉਂਕਿ ਕਿਤੇ ਨਾ ਕਿਤੇ ਚਲੋ ਇਹ ਤੇ ਮੰਨਣ ਵਾਲੀ ਗੱਲ ਹੈ ਕਿ ਅਸੀਂ ਬਹੁਤ ਥੋੜੀ ਗਿਣਤੀ ਦੇ ਵਿੱਚ ਹਾਂ, ਲੇਕਿਨ ਚਲੋ ਥੋੜੀ ਗਿਣਤੀ ਹੋਣ ਦੇ ਬਾਵਜੂਦ ਵੀ ਸਾਡੇ ਵੱਲੋਂ ਬਹੁਤ ਇਹੋ ਜਿਹੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਜਿਹੜੀਆਂ ਸਮਾਜ ਦੇ ਅੰਦਰ ਇਹ ਮਿਸਾਲ ਕਾਇਮ ਕਰਦੀਆਂ ਨੇ ਕਿ ਬਹੁ ਗਿਣਤੀ ਵਿੱਚ ਨਾ ਹੋਣ ਦੇ ਬਾਵਜੂਦ ਵੀ ਸਾਡਾ ਸਿੱਖ ਸਮਾਜ ਜਿਹੜਾ ਇਹ ਸੇਵਾਵਾਂ ਦੇਣ ਦੇ ਵਿੱਚ ਮੂਹਰੇ ਹੈ। ਲੇਕਿਨ ਗੱਲ ਇਹ ਹੈ ਕਿ ਕਿੰਨਾ ਕਾਰਨਾਂ ਦੇ ਕਰਕੇ ਜਿਹੜੀ ਸਾਨੂੰ ਸਾਡੇ ਜਿਹੜੇ ਸਮਾਜ ਦੇ ਨਾਲ ਸੰਬੰਧ ਸਾਡੇ ਸਿੱਖ ਵੀਰ ਭੈਣ ਭਰਾ ਜਿਹੜੇ ਜ਼ਿਆਦਾ ਉਹਨਾਂ ਦੀ ਗਿਣਤੀ ਹੈ, ਉਹਨਾਂ ਦੀ ਜਿਹੜੀ ਮੌਤ ਜ਼ਿਆਦਾ ਹੋ ਰਹੀ ਹੈ ਇਸ ਕੋਰੋਨਾ ਕਾਲ ਦੇ ਅੰਦਰ, ਵਜ੍ਹਾ ਕੀ ਹੈ? ਦੇਖੋ ਹੁਣ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜੰਮੂ ਕਸ਼ਮੀਰ ਹੈ ਉਹਨਾਂ ਦੇ ਵੱਲੋਂ ਜੰਮੂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਘੱਟ ਤੋਂ ਘੱਟ ਲੋਕ ਗੁਰੂ ਘਰਾਂ ਦੇ ਵਿੱਚ ਆਉਣ ਔਰ ਜਿੱਦਾਂ ਜਿਹੜੇ ਸਾਡੇ ਸੂਝਵਾਨ ਵੀਰ ਵਾਰ ਵਾਰ ਸਲਾਹਾਂ ਦਿੰਦੇ ਨੇ ਸਾਨੂੰ, ਇਹ ਉਹਨਾਂ ਦੇ ਵੱਲੋਂ ਵਾਰ ਵਾਰ ਗੱਲ ਆਖੀ ਜਾਂਦੀ ਹੈ ਕਿ ਅਗਰ ਕਿਸੇ ਦੀ ਡੈਥ ਹੋ ਜਾਂਦੀ ਹੈ, ਕੋਈ ਵੀ ਇਨਸਾਨ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਉਸਦੇ ਘਰ ਘੱਟ ਤੋਂ ਘੱਟ ਲੋਕ ਜਾਣ ਦੀ ਕੋਸ਼ਿਸ਼ ਕਰੋ, ਕਿਉਂਕਿ ਅਸੀਂ ਨਹੀਂ ਸੋਚ ਰਹੇ ਹਾਂ ਔਰ ਅਸੀਂ ਦੁਨਿਆਵੀ ਤੌਰ ਤੇ ਸੋਚਦੇ ਹਾਂ ਕਿ ਮੈਂ ਉਸਦੇ ਘਰ ਜਾਣਾ ਹੀ ਜਾਣਾ ਹੈ ਔਰ ਅਸੀਂ ਇੰਨੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ
ਅਸੀਂ ਮਤਲਬ ਦਸਵਾਂ ਔਰ ਜਿੱਦਾਂ ਕਿ ਚੌਥਾ ਵੀ ਲੋਕ ਕਰ ਰਹੇ ਨੇ, ਅਜਿਹਾ ਦੁੱਖ ਦਾ ਪ੍ਰਗਟਾਵਾ ਤਾਂ ਹੈ, ਦੁੱਖ ਤਾਂ ਸਾਰਿਆਂ ਨੂੰ ਹੁੰਦਾ, ਆਪਣਿਆਂ ਦੇ ਜਾਣ ਦਾ ਦੁੱਖ ਹੁੰਦਾ, ਲੇਕਿਨ ਇਹ ਨਾ ਹੋਵੇ ਇਹ ਅਜਿਹਾ ਘਾਟਾ ਸਾਡੇ ਲਈ ਹੋ ਜਾਵੇ ਜਿਹੜਾ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਤੱਕ ਅਸੀਂ ਪੂਰਾ ਨਾ ਕਰ ਸਕੀਏ। ਇਸ ਕਰਕੇ ਸਾਨੂੰ ਆਪਣੇ ਤੌਰ ਤੇ ਇਹ ਫਰਜ਼ ਬਣਦਾ ਹੈ ਕਿ ਮਤਲਬ ਬਾਕੀ ਸਾਰੇ ਲੋਕ ਆਪਣੀ ਪ੍ਰਿਕੋਸ਼ਨਸ ਲੈ ਰਹੇ ਨੇ, ਆਪਣੇ ਸਾਰੇ ਘਰਾਂ ਦੇ ਵਿੱਚ ਰਹਿ ਕੇ ਸੇਫਲੀ ਆਪਣਾ ਸਰਵਾਈਵ ਕਰ ਰਹੇ ਨੇ, ਕਿ ਕਿਹਾ ਵੀ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਵੀ, ਲੇਕਿਨ ਸਾਡਾ ਸਿੱਖ ਸਮਾਜ ਦੇ ਅੰਦਰ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਇੱਕ ਪ੍ਰਣ ਲੈ ਲਈਏ ਕਿ ਅਸੀਂ ਆਪਣੇ ਸਿੱਖ ਸਮਾਜ ਦੇ ਅੰਦਰ ਜ਼ਿੰਦਗੀਆਂ ਨੂੰ ਖਤਰੇ ਦੇ ਵਿੱਚ ਨਹੀਂ ਪਾਉਣਾ, ਸਾਨੂੰ ਸਾਡੇ ਵੀਰ ਭੈਣ ਭਰਾ ਸਾਡੇ ਸਾਡੇ ਵਿੱਚੋਂ ਨਹੀਂ ਜਾਣ। ਕਿ ਬਾਕੀ ਇਹ ਸੋਚ ਬਿਲਕੁਲ ਅਸੀਂ ਲੈ ਕੇ ਚੱਲਦੇ ਹਾਂ ਕਿ ਜਿਹੜਾ ਇਨਸਾਨ ਧਰਤੀ ਦੇ ਉੱਤੇ ਆਇਆ ਹੈ ਉਹਨੇ ਆਪਣੀ ਜਿਹੜੀ ਮੌਤ ਆ, ਆਪਣੇ ਜਾਣ ਦਾ ਵੇਲਾ ਉੱਥੋਂ ਹੀ ਲਿਖਾ ਕੇ ਲਿਆਉਂਦਾ, ਲੇਕਿਨ ਪਲੀਜ਼ ਅਸੀਂ ਲਾਪਰਵਾਹੀਆਂ ਇਸਦਾ ਕਾਰਨ ਨਾ ਬਣਨ, ਕਿਉਂਕਿ ਇਹੋ ਜਿਹੇ ਜਿਹੜੇ ਸਾਡੇ ਸਿੱਖ ਸਮਾਜ ਦੇ ਅੰਦਰ ਸੇਵਾਵਾਂ ਦੇਣ ਵਾਲੇ ਸਾਡੇ ਜਿਹੜੇ ਵੀ ਭਾਈ ਸਾਹਿਬ ਹੋਰ ਨੇ, ਜਿੱਦਾਂ ਇਹ ਹੈੱਡ ਗ੍ਰੰਥੀ ਦੀ ਅਸੀਂ ਤੁਹਾਨੂੰ ਗੱਲ ਦੱਸ ਰਹੇ ਹਾਂ ਕਿ ਇਹ ਅਕਾਲ ਚਲਾਣਾ ਕਰ ਗਏ ਨੇ, ਕੋਟਲੀ ਗੁਰਦੁਆਰਾ ਕੋਟਲੀ ਸ਼ਾਹ ਦੌਲਾ ਦੇ ਵਿੱਚ ਇਹ ਆਪਣੀਆਂ ਹੈੱਡ ਗ੍ਰੰਥੀ ਦੇ ਵਜੋਂ ਸੇਵਾਵਾਂ ਨਿਭਾ ਰਹੇ ਸਨ, ਲੇਕਿਨ ਕੱਲ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ, ਕਦੇ ਨਾ ਪੂਰਾ ਹੋਣ ਵਾਲਾ ਘੱਟ ਹੈ, ਕਿਉਂਕਿ ਇਹੋ ਜਿਹੇ ਸਾਡੇ ਕੌਮ ਦੇ ਵਿੱਚ ਬਹੁਤ ਸਾਨੂੰ ਵੀ ਪਤਾ ਕਿ ਘੱਟ ਲੋਕ ਆ ਅਸੀਂ ਜਿਹੜੇ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਦੇ ਰਹੇ ਹਾਂ, ਲੇਕਿਨ ਸੇਵਾਵਾਂ ਦੇ ਰਹੇ ਲੋਕਾਂ ਦਾ ਸਾਡੇ ਵਿਚਕਾਰੋਂ ਜਾਣਾ ਸਾਡੇ ਲਈ ਬਹੁਤ ਹੀ ਮੰਦਭਾਗਾ ਹੈਗਾ। ਔਰ ਅਸੀਂ ਇਹ ਨਾ ਮਤਲਬ ਸਾਨੂੰ ਇਹ ਜ਼ਿਹਨ ਦੇ ਵਿੱਚ ਗੱਲ ਬਿਠਾ ਲੈਣੀ ਚਾਹੀਦੀ ਹੈ ਕਿਤੇ ਅਸੀਂ ਇਹਨਾਂ ਦੇ ਨੁਕਸਾਨ ਦਾ ਕਾਰਨ ਨਾ ਬਣ ਜਾਈਏ, ਅਸੀਂ ਘਰਾਂ ਦੇ ਵਿੱਚ ਰਹੀਏ ਔਰ ਆਪਣੇ ਸਮਾਜ ਦੇ ਪ੍ਰਤੀ ਆਪਣਾ ਫਰਜ਼ ਨਿਭਾਈਏ, ਅਸੀਂ ਆਪਣੀ ਕੌਮ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕਰਨਾ ਹੈ, ਨਾ ਕਿ ਸਾਡੀ ਕੌਮ ਦੇ ਵਿੱਚੋਂ ਅਜਿਹੇ ਲੋਕ ਜਾਣ ਜਿਨ੍ਹਾਂ ਦੀ ਸੇਧ ਲੈ ਕੇ ਅਸੀਂ ਚੱਲਣਾ, ਜਿੱਦਾਂ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਉਹਨਾਂ ਦੇ ਜਾਣ ਦਾ ਘਾਟਾ ਜਿਹੜਾ ਉਹ ਵੀ ਨਹੀਂ ਪੂਰਾ ਹੋ ਸਕਦਾ, ਤੇ ਅਸੀਂ ਤੁਹਾਨੂੰ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਇਹ ਸੂਚਿਤ ਕਰ ਰਹੇ ਹਾਂ ਕਿ ਕੱਲ ਹੈੱਡ ਗ੍ਰੰਥੀ ਗੁਰਦੁਆਰਾ ਸ਼ਾਹ ਦੌਲਾ ਕੋਟਲੀ ਤੋਂ ਵੀ ਜਿਹੜੇ ਹੈੱਡ ਗ੍ਰੰਥੀ ਨੇ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ ਉਹ ਵੀ ਅਕਾਲ ਚਲਾਣਾ ਕਰ ਗਏ ਨੇ, ਸਾਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਹੜਾ ਇਹ, ਔਰ ਅਸੀਂ ਵਾਰ ਵਾਰ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਕਿ ਕੌਮ ਦੇ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਈਏ ਨਿਭਾਈਏ ਔਰ ਸਾਡੇ ਕਰਕੇ ਕਿਸੇ ਨੂੰ ਨੁਕਸਾਨ ਨਾ ਪਹੁੰਚੇ, ਇਹ ਆਪਣੇ ਦਿਮਾਗ ਦੇ ਵਿੱਚ ਜ਼ਿਹਨ ਦੇ ਅੰਦਰ ਗੱਲ ਨੂੰ ਬਿਠਾ ਕੇ ਚੱਲੀਏ, ਔਰ ਬਾਕੀ ਪਰਮਾਤਮਾ ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਵੀ ਬਖਸ਼ਣ। ਔਰ ਤੁਸੀਂ ਹੋਰ ਵਧੇਰੇ ਜਾਣਕਾਰੀ ਦੇ ਲਈ ਵੇਖਦੇ ਰਹੋ ਇੱਕ ਬਾਣੀ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।